ਤੁਹਾਡੇ ਆਏ ਦਾ ਪਤਾ ਲੱਗਾ ਨਾ ਤੁਹਾਡੇ ਜਾਣ ਦਾ ਪਤਾ ਲੱਗਣਾ ਇਹ ਸਾਰਾ ਸਾਸ਼ੇ ਖੁਸ਼ ਨਸੀਬ ਹੋ ਤੁਸੀਂ ਖੁਦਾ ਦੀ ਕਸਮ ਹੈ ਕਿਉਂ ਐਡਾ ਪਿਆਰਾ ਆਰਟਿਸਟ ਪਾਕਿਸਤਾਨ ਨੂੰ ਮਿਲਿਆ ਅੱਛਾ ਮੈਂ ਬਾਹਰ ਗਿਆ ਸੀ ਲੰਡਨ ਮੈਨੂੰ ਬੰਦੇ ਨੇ ਖਿਲਾਰ ਖਿਲਾਰ ਕੇ ਕਿਹਾ ਕਿ ਕੀ ਅਜ਼ੀਮ ਫਨਕਾਰ ਪਾਕਿਸਤਾਨ ਇੱਕ ਜਮਿਆ ਚਿੱਟਾ ਵਾਹ 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 ਖੁਸ਼ ਨਸੀਬ ਆ ਸੀ ਸਾਰੇ ਔਰ ਮੈਡਮ ਤੁਸੀਂ ਵੀ ਕਿ ਇਹਨੂੰ ਵੇਖ ਰਹੇ ਹੋ ਅੱਛਾ ਜੀ ਹਾਲਾਂਕਿ ਇਹਦੀ ਅੰਮੀ ਇਹਨੂੰ ਜ਼ਾਇਆ ਕਰਾਉਣ ਲੱਗੀ ਸੀ ਜਦੋਂ ਆਟੇ ਨਾਲ ਬੱਚਾ ਜੰਮੋਗੇ ਫਿਰ ਰਿਜ਼ਲਟ ਇਹੋ ਜਿਹੇ ਆਉਣਗੇ जो तुसी ज्यादती की थी मैं अपनी अखा ना वेख ली 5000 ते 1000 रुपया अपना तुसी कौन हो मैं साइंसदान ने शुमार में मायने नहीं पाता साला ਇਹ ਚੋਰ ਹੈ ਅੰਨੀ ਮਾਂ ਦਾ ਬੱਚਾ ਇਹ ਚੋਰ ਤੂੰ ਚੋਰ ਹੈ ਐਬਸੋਲੂਟਲੀ ਨਾਟ ਅਗਰ ਮੈਨੇ ਤੁਮੇ ਆਪਣਾ ਤਾਰਫ ਕਰਵਾਇਆ ਤੁਹਾਡੀ ਕਾਪੇ ਟੰਗ ਚਾਹੀਂਗੀ ਇਹ ਬਾਤ ਜ਼ਿਹਨ ਮੇ ਰੱਖਣਾ ਸਟੇਸ਼ਨ ਮਾਸ ਜਮਾਦਾਰ ਹੈ ਜਮਾਦਾਰ ਮਹਾਰਤ ਰੱਖਦਾ ਜਮਾਦਾਰੀ ਚ ਕਾਜੀ ਇਹ ਥਲਿਓ ਵੇਖ ਕੇ ਦੱਸ ਛੋਟਾ ਕਰ ਰਿਹਾ ਕਿ ਵੱਡਾ ਮੇਰੀ ਗੱਲ ਸੁਣੋ ਜੀ ਚੋਰੀ ਕਿਨੇ ਕੀਤੀ ਹੈ ਇਹ ਸਟੇਸ਼ਨ ਮਾਸਟਰ ਵਿਕਣ ਵਾਲਾ ਨਹੀਂ ਇੱਕ ਸੈਕਿੰਡ ਤੋਂ ਪਹਿਲੇ ਆਪਾਂ ਹੀ ਦੱਸ ਰਹੇ ਜਿੰਨੇ ਕੀਤੀ ਹੈ ਦੇਖੋ ਜੀ ਮੇਰੀ ਗੱਲ ਸੁਣੋ ਐਡੇ ਨਰਾਨੀ ਚਿਹਰੇ ਨਾਲ ਮੈਂ ਅਸੀਂ ਹਰਕਤ ਕਰ ਹੀ ਨਹੀਂ ਸਕਦਾ ਅੱਛਾ ਆਪ ਜਿੰਨੇ ਨਾਮ ਕੋ ਕਿਸ ਵਿੱਚ ਸ਼ੱਕ ਹੈ ਮੈਨੂੰ ਸਭ ਆਪ ਤੇ ਵੀ ਸ਼ੱਕ ਹੈ ਬੇਸ਼ੱਕ ਜੀ ਸਭ ਤੇ ਵਿਚਾਰ ਗਹਰ ਉਹਦੇ ਗਏ ਨਹੀਂ ਮੇਰੇ ਤੇ ਵੀ ਸ਼ੱਕ ਜੀ ਔਰ ਤੇ ਵੀ ਸਟੇਸ਼ਨ ਮਾਸਟਰ ਤੇ ਵੀ ਜੀ ਓਹ ਬੜੀ ਗੱਲ ਹੈ ਆਪ ਕੋ ਮੈਂ ਬਤਾਇਆ ਆਪ ਇਨਸੀ ਨਿਕਾਲ ਕੱਢੋ ਭਾਈ 30000 ਰੁਪਏ ਆਪ ਇਸੇ ਉੱਤੇ ਬੈਠੇ ਹੋ ਤਾਂ 30000 ਰੁਪਏ ਕੱਢ ਕੱਢਤਾ ਮੈਂ ਤਾਂ ਜੇ ਤੈਨੂੰ ਕਰਦਾ ਓਏ 30000 ਰੁਪਏ ਕੱਟ ਮੇਰੇ ਕੋ ਨਹੀਂ ਆਵੇ ਅੱਛਾ ਤੂੰ ਕੀ ਸਮਝਿਆ ਮੈਂ ਝੁਕੇਗਾ ਨਹੀਂ ਮੈਨੂੰ ਝੁਕਾਣਾ ਆਤਾ ਹੈ ਪੈਂਦਾ ਜਦੋਂ ਵਿਆਹ ਸੀ ਨਾ ਤੇ ਵਲੀਮੇ ਵਾਲੇ ਦਿਨ ਇਹਨਾਂ ਕੋ ਕਸਟਰਡ ਬਣਾਉਣ ਲਈ ਪੈਸੇ ਨਹੀਂ ਸਨ ਫਿਰ ਤੇ ਕੜੀ ਚ ਕੇਲੇ ਕੱਟ ਕੇ ਪਾਤੇ ਨੇ ਦਿਸ ਇਜ਼ ਮਾਈ ਸਾਥੀ ਮੈਟਰ 30000 ਰੁਪਏ ਹੈ ਹੀ ਨਹੀਂ ਬੜੀ ਬੱਚੀ ਨੂੰ ਸੰਜੇ ਸੰਘਾਰੀਆਂ ਦੇ ਵੇਰੇ ਤੇ ਲੈ ਆਓ ਸੰਜੇ ਸੰਘਾਰੀਆਂ ਨਸ ਕੇ ਪਿੰਡ ਜਾ ਕਿਉਂ ਤੇਰੀ ਅੰਮੀ ਸੱਪ ਨੂੰ ਲੜ ਗਈ ਹੂੰ 30000 ਰੁਪਏ ਕੱਢੋ ਉਸ ਬੱਚੀ ਦਾ मैं कह रहा लड़की का 30000 रुपया कटो ओके ठीक है अगर आप इतना फोर्स करते हैं तो मेरे पास ये है बेटे स्टेशन मास्टर मैं भी नहीं बन गया जी जी मैं जब छत्ते सी ना जी मैं एक बंदे नु देखे है किथे ते असल चोर मैं पहुंच गया वो कौन है ना कर निकाले निकाले कौन है ये साल तेरी बहन चोर है तू तेरी बहन अगले हफ्ते शक्कर तेरी बहन बकरी हिंदी फिल्म शुरू कर लेना तो सारा चोर है रे मैडम ये लड़का तो नहीं है नहीं है यही पास था 30000 रुपया दे मैडम का मैडम दा 30000 दे मैं ना तन्नू मोर बना देंगा 30000 रुपया दिस इज द एब्सोल्युटली कटो मैडम ਤੁਸੀਂ ਇੱਥੇ ਖਲੋਤੇ ਹੋ ਹਾਂਜੀ ਉੱਥੇ ਅਗਲੇ ਜੰਜ ਡੀਕਨ ਡੈਰ ਕੀ ਬਾਤ ਚਲੋ ਪਾਉ ਵਰਦੀ ਫਿਰ ਮੈਡਮ ਤੁਸੀਂ ਪੜ੍ਹੇ ਲਿਖੇ ਹੋ ਜੀ ਜੀ ਤੂੰ ਭੈਣ ਦੀ ਤਲਾਕ ਪੜਾਉਣੀ ਹੈ ਯਾਰ ਇੱਕ ਮਿੰਟ ਠਹਿਰੋ ਓਏ ਬਿਲਕੁਲ ਸਟੋਰੀ ਇਹ ਮੈਨੂੰ ਦੱਸੋ ਪੜ੍ਹੇ ਲਿਖੇ ਹੋ ਜੀ ਜੀ ਮੈਨੂੰ ਦਾਈ ਲੱਗ ਰਹੇ ਹੋ ਤੁਸੀਂ ਬਹੁਤ ਮੇਰੀ ਬੀਵੀ ਦਾ ਕੇਸ ਜ਼ਰਾ ਫਸਿਆ ਹੱਥ ਪਵਾਉਣਾ ਜ਼ਰਾ ਇੱਕ ਮਿੰਟ ਤਾਂ ਗਾਇਨੀ ਕੇ ਪਾਸ ਜਾਈਏਗਾ ਜੇ ਤੂੰ ਮਿਲ ਜਾਵੇਂ ਮੈਨੂੰ ਓਏ ਛਿਲਾ ਪਾ ਦਿਆਂ ਮੈਂ ਤੈਨੂੰ ਛਾਲੇ ਆ ਇਹਨੂੰ ਛਿਲਾ ਪਾਉਂਦੇ ਆ ਉਹਨੂੰ ਵਕਤ ਨਹੀਂ ਪਾਉਂਦੇ ਆ ਉਹ ਤੇ ਪੈ ਗਿਆ ਮੇਰੇ ਨਾਲੇ ਗਾਣਾ ਚਲੰਤਰ ਸੁਣਾਈਦਾ ਅੱਜ ਕੱਲ ਦੇ ਦੌਰ ਦਾ ਆਖੋ ਮੈਂ ਤੇਰੀ ਅਜਬ ਸੀ ਅਦਾਏ ਹੈ ਆਖੋ ਮੈਂ ਤੇਰੀ ਅਜਬ ਸੀ ਅਦਾਏ ਹੈ 1 2 3 4 ਲਾਈਕ ਦ ਸੰਗ ਬਟ ਯੋ ਆਖੋ ਮੈਂ ਤੇਰੀ ਅਜਬ ਸੀ ਅਦਾਏ ਹੈ ਆਖੋ ਮੈਂ ਤੇਰੀ अजब सी अदाए हैं और आई से लाइक दिस इज अ मोड कम ओए बगैरता मोर बोल सेक्सी हसण दे आ बचे आ तैनू सालिया विच तेरी की बहन तो तू पाका लाचा पाका की तू ना फिर क्या अगले दिन बारी तेरी अजब सी अदाए हैं जब इस सकिंग ऊपर
don't like that but you come on you like bhai aankhon mein teri par phir bhi bakwas na kar laantiya ki pya gal karna hai aankhon mein teri ajab si ae bachcha kinne mahine ch paida hunda hai eh 9 mahine ch eh 14 ch hoya aankhon kyon jadon dai ko laandi shuru karda si 1 2 3 4 5 6 7 8 9 10 puri hume ਦਾਈ ਨੂੰ ਜੋ ਕਰਦਾ ਸੀ ਨਾ 1 2 3 4 5 ਉਹ ਕੋ ਦਾਈ ਵਾਲਾ ਕੀ ਕਹਿੰਦੀ ਸੀ ਓਏ ਓਏ